بسم اللہ الرحمن الرحیم دوستو اج ਤੁਹਾਡਾ ਵਸਤਾ ਦਾ ਬਾਈ ਮਾਜੂਲਾ ਰਾਈ ਟ੍ਰੈਕਟਰ YouTube ਚੈਨਲ ਉਤੇ ਲੈ ਕੇ ਆਇਆ ਜੀ MF 385 ਟ੍ਰੈਕਟਰ ਹੈ ਜੀ ਤੇ ਮਾਡਲ ਹੈਗਾ 2021 ਤੇ ਕੈਸ਼ ਦੇ ਓਪਨ ਪੇਪਰ ਹੈ ਜੀ ਟ੍ਰੈਕਟਰ ਦੇ ਫਰੰਟ ਤੇ ਬੰਪਰ ਲੱਗਾ ਵਾ ਤੇ ਉੱਪਰ ਛੱਤ ਲੱਗੀ ਹੋਈ ਆ ਉਸ ਤੋਂ ਬਾਅਦ ਪਿੱਛੇ ਹੁੱਕ ਦੇਖ ਲੈਣੇ ਜੀ ਲੱਗੀ ਹੈ ਨਹੀਂ ਲੱਗੀ ਬਾਕੀ ਟੇਪ ਤੇ ਉਹਨਾਂ ਨੇ ਰੱਖੀ ਹੋਈ ਆ ਉਹ ਸੀਟ ਦੇ ਨਾਲ ਅੱਗੇ ਦੇਖ ਲਓ ਜੀ ਨਜ਼ਰ ਮਾਰ ਲਓ ਬਾਕੀ ਇਹ ਦੇਖ ਲਓ ਜੀ ਇਧਰੋਂ ਸਾਰੀ ਕੰਡੀਸ਼ਨ ਟ੍ਰੈਕਟਰ ਦੀ ਠੀਕ ਹੋਗਾ ਜੀ ਤੇ ਇਹ ਵਾ ਟ੍ਰੈਕਟਰ ਦੀ ਓਵਰ ਆਲ ਲੁੱਕ ਜੀ ਇਹ ਟਰੈਕਟਰ ਦੇ ਅੱਗੇ ਫਰੰਟ ਅੱਛਾ ਖਾਸਾ ਬੰਪਰ ਲੱਗਾ ਹੋਇਆ ਵਾ ਉਸ ਤੋਂ ਬਾਅਦ ਚਿੱਟੀ ਛੱਤ ਲੱਗੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਆਪ ਦੇਖ ਲਓ ਆਨੇ ਵਗੈਰਾ ਤੁਸੀਂ ਖੁਰਤੀ ਬਣਾ ਲਓ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਰਿਮ ਬਿਲਕੁਲ ਬੇਦਾਗ ਸਾਫ ਸੁਥਰੇ ਰੇਮਾ ਜੀ ਇਸ ਟਰੈਕਟਰ ਨੂੰ ਮਾਰ ਵੀ ਕਾਟੀ ਪਈ ਲੱਗਦੀ ਆ ਜੀ ਤੇ ਉਸ ਤੋਂ ਬਾਅਦ ਹੁਣ ਅੱਗੇ ਦੇਖਦੇ ਆਂ ਜੀ ਚੇਸੀ ਪਤਰੀ ਇਹਦੀ ਐ ਵਾ ਜੀ ਇਹਦੀ ਚੇਸੀ ਪਤਰੀ ਲੇਕਿਨ ਨਜ਼ਰ ਕੁਛ ਨਹੀਂ ਆ ਰਿਹਾ ਉਹਨਾਂ ਨੇ ਆਪਣੇ ਵੱਲੋਂ ਚੇਸੀ ਪਤਰੀ ਦੀ ਤਸਵੀਰ ਬਣਾਈ ਆ ਜੀ ਤੇ ਇਹ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਜੀ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਆਪਣੇ ਕੋਲ ਅ ਇੰਜਨ ਦੀ ਕੰਡੀਸ਼ਨ ਇਹ ਵਾ ਜੀ ਇੰਜਨ ਠੀਕ ਹੋ ਗਿਆ ਟਰੈਕਟਰ ਦਾ ਤੇ ਰੰਗ ਤੁਹਾਡੇ ਸਾਹਮਣੇ ਆ ਜੀ ਜਿੰਨਾ ਵੀ ਆ ਕੋਈ ਸ਼ਾਵਰ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਇਹਨੂੰ ਆਪਣੇ ਜ਼ਾਤੀ ਕਲਰ ਚ ਹਰ ਚੀਜ਼ ਆਪਣੀ ਜ਼ਾਤੀ ਹੈ ਜੀ ਇਹਦੀ ਤੇ ਉਸ ਤੋਂ ਬਾਅਦ ਇਹ ਦੇਖ ਲਓ ਜੀ ਦੂਸਰੀ ਸਾਈਡ ਦੀ ਕੰਡੀਸ਼ਨ ਹੈ ਦੀ ਠੀਕ ਹੋ ਗਿਆ ਜੀ ਪੰਪ ਨੂੰ ਕੋਈ ਚਾਬੀ ਨਹੀਂ ਲੱਗੀ ਇਹ ਵਾ ਜੀ ਸੀਟ ਦੇ نیچےੋਂ ਕੰਡੀਸ਼ਨ ਟਰੈਕਟਰ ਦੀ ਉਸ ਤੋਂ ਬਾਅਦ ਇਹ ਵਾਜੀ ਟੂਪਾ ਦੀ ਕੰਡੀਸ਼ਨ ਇਹ ਵੀ ਦੇਖ ਲਓ ਜੀ ਉਸ ਤੋਂ ਬਾਅਦ ਇਹ ਦੂਸਰੀ ਸਾਈਡ ਦੀ ਟੂਬ ਦੀ ਕੰਡੀਸ਼ਨ ਹੈ ਜੀ ਇਹ ਵੀ ਦੇਖ ਲਓ ਜੀ ਟਰੈਕਟਰ ਨੂੰ ਠੀਕ ਹੋ ਗਿਆ ਜੀ ਤੇ ਇਹ ਵਾਜੀ ਟਰੈਕਟਰ ਦੀ ਓਵਰ ਆਲ ਲੁੱਕ ਹੁੱਕ ਵੀ ਪਿੱਛੇ ਲੱਗੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਇਹ ਵਾਜੀ ਇਥੋਂ ਕੰਡੀਸ਼ਨ ਸਾਰੀ ਫਰੰਟ ਟਾਇਰ ਇਹ ਬੈਕ ਸਾਈਡ ਦੇ ਟਾਇਰ ਹੈ ਜੀ ਬਾਕੀ ਆਨੇ ਵਗੈਰਾ ਤੁਸੀਂ ਖੁਦ ਹੀ ਬਣਾ ਲਓ ਜੀ ਤੇ ਇਹ ਵਾਜੀ ਦੂਸਰੀ ਸਾਈਡ ਦਾ ਟਾਇਰ ਬਿਲਕੁਲ ਟੂਕ ਵਗੈਰਾ ਨਹੀਂ ਹੈਗਾ ਨਾ ਟਿੜ ਗਿਆ ਕੋਈ ਚੀਜ਼ ਨਹੀਂ ਬਿਲਕੁਲ ਓਕੇ ਟਰੈਕਟਰ ਜੀ ਐਮ ਰਿਗਾਰਡ ਦੀ ਹੈ ਜੀ ਟੂਲ ਬਾਕਸ ਵਗੈਰਾ ਨਾਲ ਹੀ ਹੈ ਜੀ ਇਹਦੇ ਤੇ ਟਰੈਕਟਰ ਦਾ ਪੂਰਾ ਰਿਵਿਊ ਹੋ ਗਿਆ ਵਾ ਜੀ ਟਰੈਕਟਰ ਦੀ ਲੋਕੇਸ਼ਨ ਹੈਗੀ ਜੀ ਜ਼ਿਲ੍ਹਾ ਓਕਾੜਾ ਤੇ ਤਹਿਸੀਲ ਜਿਹੜੀ ਉਹ ਬਸੀਰਪੁਰ ਸ਼ਹਿਰ ਵਾ ਜੀ ਮੇਰੇ ਖਿਆਲ ਤਹਿਸੀਲ ਨਹੀਂ ਗੱਲ ਵਨ ਬਸੀਰਪੁਰ ਸ਼ਹਿਰ ਹੈ ਜੀ ਜ਼ਿਲ੍ਹਾ ਕਾੜਾ ਦਾ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਡਿਮਾਂਡ ਇਹਦੀ ਹੈਗੀ ਜੀ 22 ਲੱਖ 25000 ਰੁਪਏ ਜੀ 22 ਲੱਖ 25000 ਡਿਮਾਂਡ ਹੈ ਜੀ ਇਹਦੀ ਤੇ ਮਾਲਕਾਂ ਦਾ ਨੰਬਰ ਵੀਡੀਓ ਦੇ ਉੱਪਰ ਜਾਂ نیچے ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਕਿਤੇ ਵੀ ਤੁਹਾਨੂੰ ਦੇ ਦਾਂਗੇ ਜੀ ਤੇ ਇਹਦੇ ਨਾਲ ਹੀ ਸਾਨੂੰ ਦੀ ਉਹ ਇਜਾਜ਼ਤ ਦੋਆਂ ਚ ਯਾਦ ਰੱਖਿਓ ਜੀ ਅੱਲਾਹ ਹਾਫਿਜ਼